ਦੇਰ ਰਾਤ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਪੰਜਾਬ ਦੇ ਕਈ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਚੌਥੇ ਦੌਰ ਦੀ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੁਝ ਫਸਲਾਂ ਦੇ ਉੱਤੇ MSP ਦੀ ਜੋ ਕੇਂਦਰ ਸਰਕਾਰ ਦੇ ਵੱਲੋਂ ਪ੍ਰਸਤਾਵ ਦਿੱਤਾ ਗਿਆ ਅਤੇ ਜੇਕਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਗੱਲ ਕੀਤੀ ਜਾਵੇ, ਲਗਾਤਾਰ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਦੀ ਨੀਤੀ ਨੂੰ ਲੈ ਕੇ ਜਿੱਥੇ ਪੰਜਾਬ ਭਰ ਦੇ ਜੋ ਟੋਲ ਪਲਾਜ਼ੇ ਪਹਿਲਾਂ 18 ਫਰਵਰੀ ਤੱਕ ਬੰਦ ਕੀਤੇ ਸੀ ਪਰ ਹੁਣ 22 ਤਰੀਕ ਤੱਕ ਵਧਾ ਦਿੱਤੇ ਗਏ ਨੇ। ਪੰਜਾਬ ਦੇ ਟੋਲ ਪਲਾਜ਼ੇ 22 ਫਰਵਰੀ ਤੱਕ ਬੰਦ ਰਹਿਣਗੇ ਅਤੇ ਭਾਜਪਾ ਦੇ ਜੋ ਆਗੂ ਨੇ ਉਹ ਉਹਨਾਂ ਦੇ ਘਰਾਂ ਦਾ ਜੋ ਘਿਰਾਓ ਆ ਉਹ ਲਗਾਤਾਰ 22 ਫਰਵਰੀ ਤੱਕ ਜਾਰੀ ਰਹੂਗਾ। ਟੋਲ ਪਲਾਜ਼ਾ ਕਾਲਾ ਝਾੜ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨ ਆਗੂਆਂ ਦੇ ਵੱਲੋਂ ਜੋ ਟੈਂਟ ਲਗਾਏ ਜਾ ਰਿਹਾ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਦੇਰ ਰਾਤ ਤੇਜ਼ ਹਵਾਵਾਂ ਦੇ ਨਾਲ ਟੈਂਟ ਉੱਖੜ ਗਿਆ ਸੀ, ਪਰ ਉੱਥੇ ਹੀ ਸਾਡੇ ਨਾਲ ਘਰਾਚੋ ਸਾਹਿਬ ਮਨਜੀਤ ਘਰਾਚੋ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਘਰਾਚੋ ਸਾਹਿਬ, ਕਿਸ ਤਰ੍ਹਾਂ ਵੇਖਦੇ ਹੋ ਚੌਥੇ ਦੌਰ ਦੀ ਰਾਤ ਮੀਟਿੰਗ ਹੋਈ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ 3 ਫਸਲਾਂ ਦੇ ਉੱਤੇ MSP ਦੀ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਪ੍ਰਸਤਾਵ ਦਿੱਤਾ ਗਿਆ? ਦੇਖੋ, ਸਰਕਾਰ ਦੇ ਉੱਤੇ ਇਹ ਤਾਂ ਹੈ ਨਹੀਂ ਵੀ ਪ੍ਰੈਸ਼ਰ ਹੈ ਨਹੀਂ। ਪ੍ਰੈਸ਼ਰ ਦੇ ਕਾਰਨ ਸਰਕਾਰ ਇਸ ਗੱਲ 'ਤੇ ਆਈ ਹੈ ਵੀ ਅਸੀਂ 2 ਏਜੰਸੀਆਂ ਦੀ ਗਰੰਟੀ ਕਰ ਲੈਂਦੇ ਹਾਂ, 5 ਸਾਲ ਲਈ ਉਹਦੀ ਗਰੰਟੀ ਕਰਦੇ ਹਾਂ, 3-4 ਫਸਲਾਂ 'ਤੇ ਅਸੀਂ MSP ਜਿਹੜੀ ਉਹ ਲਾਗੂ ਕਰ ਲਾਂਗੇ, ਏਜੰਸੀਆਂ ਨੂੰ ਖਰੀਦ ਕਰ ਲਿਆ ਕਰਨੀ ਉਹਦੀ, ਯਾਨੀ ਕਿ ਸਾਨੂੰ ਭਰੋਸਾ ਨਹੀਂ ਕਰਨਾ ਚਾਹੀਦਾ। ਇਹ ਭਰੋਸੇਯੋਗ ਸਰਕਾਰ ਨਹੀਂ ਹੈ, ਕਿਉਂ ਜੇ ਸਰਕਾਰ 'ਤੇ ਭਰੋਸਾ ਕਰਕੇ ਅਸੀਂ ਐਡਾ ਅੰਦੋਲਨ ਪਿੱਛੇ ਕਰਦੇ ਹਾਂ ਤਾਂ ਇਹ ਆਉਣ ਵਾਲੇ ਸਮੇਂ 'ਚ ਝੋਗਾ ਚੱਕਣਗੇ ਉਹ ਏਜੰਸੀਆਂ ਨੂੰ, ਇਹਨਾਂ ਨੇ ਫੰਡ ਹੀ ਨਹੀਂ ਦੇਣਾ। ਏਜੰਸੀਆਂ ਇਸ ਗੱਲੋਂ ਜਵਾਬ ਦੇ ਦੇਣਗੀਆਂ ਸਾਨੂੰ ਵੀ ਸਾਡੇ ਕੋਲ ਫੰਡ ਹੈ ਨਹੀਂ, ਯਾਨੀ ਕਿ ਹੁਣ ਸੰਘਰਸ਼ ਆ ਜਿਹੜਾ ਦੁਬਾਰੇ ਮੱਗ ਗਿਆ ਸਾਰੀਆਂ ਜਥੇਬੰਦੀਆਂ, ਉਹ ਜਥੇਬੰਦੀਆਂ ਦੀ ਪਿੱਠ 'ਤੇ ਆ ਗਈਆਂ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਮ ਵੱਲੋਂ 32 ਜਥੇਬੰਦੀਆਂ ਵੱਲੋਂ ਹੋਰ ਸੰਯੁਕਤ ਮੋਰਚੇ ਵੱਲੋਂ ਐਲਾਨ ਆ ਗਿਆ ਭਾਰਤ ਦੇ ਸਾਰੇ ਕਿਤੇ, ਜਿਵੇਂ ਉੱਧਰੋਂ ਟਕੈਤ ਸਾਹਿਬ ਨੇ ਕਹਿਤਾ ਅਸੀਂ DC ਦਫ਼ਤਰਾਂ 'ਚ ਬੈਠਾਂਗੇ, ਅਸੀਂ ਟੂਲ ਪਲਾਜ਼ਿਆਂ 'ਤੇ ਬੈਠੇ ਹਾਂ। ਜਿਹੜੇ ਇਹਨਾਂ ਦੇ ਭਾਜਪਾ ਦੇ ਲੀਡਰ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋ ਗਿਆ, ਜਾਖੜ ਹੋ ਗਿਆ, ਢਿੱਲੋਂ ਹੋ ਗਿਆ, ਇਹਨਾਂ ਦੇ ਘਰ ਘੇਰੇ ਹੋਏ ਨੇ ਅਤੇ ਹੋਰ ਜਿਹੜੇ ਇੱਕਾ ਦੁੱਕਾ ਰਹਿੰਦੇ ਨੇ ਉਹ 20 ਤਰੀਕ ਨੂੰ ਘਿਰ ਜਾਣੇ ਨੇ। ਵੱਡੀ ਮਜਬੂਰੀ ਬਣਾਵਾਂਗੇ, ਕਿਸਾਨ ਬੜੀ ਬੁੱਧੀ ਨਾਲ ਫੈਸਲਾ ਲੈਣ ਵੀ ਜਿਹੜਾ ਪੂਰਨ ਤੌਰ 'ਤੇ ਜਿਹੜੀ ਗੱਲ ਵਾਸਤੇ ਅਸੀਂ ਲੜ ਰਹੇ ਹਾਂ ਉਹ ਪੂਰਨ ਤੌਰ 'ਤੇ ਲਾਗੂ ਹੋਵੇ, ਇਹਨਾਂ 'ਤੇ ਭਰੋਸਾ ਕਰਨ ਦੀ ਜ਼ਰੂਰਤ ਨਹੀਂ। ਮੇਰੀ ਨੌਜਵਾਨਾਂ ਨੂੰ ਅਪੀਲ ਹੈ, ਕਿਸਾਨ ਆਗੂਆਂ ਦੇ ਜਾਣੀ ਕਿ ਕਹਿਣੇ 'ਚ ਲੱਗ ਕੇ ਚੱਕ ਦੋ ਧਰ ਲਓ ਗੱਲ ਕਰਨ ਵਾਲੀ ਨਹੀਂ ਹੈਗੀ, ਚੱਕ ਲਓ ਧਰ ਲਓ ਨਾਲ ਮਸਲੇ ਹੱਲ ਨਹੀਂ ਹੁੰਦੇ, ਨੁਕਸਾਨ ਹੋ ਜਾਂਦੇ ਉਹਨਾਂ ਨੇ, ਸੰਜਮ ਨਾਲ ਲੜਨਾ ਚਾਹੀਦਾ, ਸਾਨੂੰ ਇੱਕ ਦੂਜੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਸਾਰੀਆਂ ਜਥੇਬੰਦੀਆਂ ਮੈਦਾਨ 'ਚ ਆ ਚੁੱਕੀਆਂ, ਇਸ ਕਰਕੇ ਵੱਡੀ ਦਿੱਕਤ ਹੈ ਜਿਹੜੀ ਸਰਕਾਰ ਦੀ ਖੜੀ ਹੋਈ ਹੈ। ਐਵੇਂ ਨਹੀਂ ਚੋਣ ਜਾਬਤਾ ਲੱਗਣਾ, ਇਹਨਾਂ ਨੇ ਪਿੰਡਾਂ 'ਚ ਜਾਣਾ, ਪਿੰਡਾਂ 'ਚ ਬਣਨਾ ਦੁਬਰ ਕਰਾਂਗੇ, ਇੱਥੇ ਨਹੀਂ ਖੜਦੀ ਗੱਲ, ਲੜਾਈ ਵਧੂਗੀ, ਲੜਾਈ ਜਾਰੀ ਹੈ। ਇਸ ਕਰਕੇ ਆਗੂਆਂ ਨੂੰ ਠੋਸ ਫੈਸਲੇ ਲੈਣੇ ਚਾਹੀਦੇ ਹੈ, ਜਿਹੜੀ MSP ਦੀ ਗਰੰਟੀ ਹੈ ਉਹ ਪੂਰਨ ਤੌਰ 'ਤੇ ਲਾਗੂ ਹੋਣੀ ਚਾਹੀਦੀ ਹੈ, ਕਿਸੇ ਏਜੰਸੀਆਂ ਦਾ ਭਰੋਸਾ ਨਹੀਂ ਕਰਨਾ ਚਾਹੀਦਾ। ਪ੍ਰਧਾਨ ਜੀ, 2020 ਦੇ ਵਿੱਚ ਜਦੋਂ ਮੋਰਚਾ ਲਗਾਇਆ ਗਿਆ ਸੀ ਦਿੱਲੀ ਦੀਆਂ ਬਰੂਹਾਂ 'ਤੇ, ਤੁਹਾਡੀ ਜਥੇਬੰਦੀ ਵੱਲੋਂ ਵੀ ਲੰਮਾ ਸੰਘਰਸ਼ ਲੜਾਇਆ ਗਿਆ, ਕੀ ਤੁਹਾਨੂੰ ਨਹੀਂ ਲੱਗਦਾ ਕਿ ਉਸ ਵੇਲੇ ਥੋੜ੍ਹੀ ਜਿਹੀ ਜਲਦਬਾਜ਼ੀ ਕਰ ਦਿੱਤੀ ਗਈ ਇਹ ਜਥੇਬੰਦੀਆਂ ਵੱਲੋਂ ਜਦੋਂ ਕੇਂਦਰ ਸਰਕਾਰ ਨੇ ਮੰਗਾਂ ਮੰਨੀਆਂ, ਜੇਕਰ ਥੋੜ੍ਹਾ ਚਿਰ ਹੋਰ ਰੁਕ ਜਾਂਦੇ? ਜਲਦਬਾਜ਼ੀ ਨਹੀਂ ਕਹਿ ਸਕਦੇ, ਲੰਬਾ ਘੋਲ ਸੀਗਾ, ਬਹੁਤ ਲੰਬਾ ਘੋਲ, ਅਸੀਂ ਮੀਟਿੰਗਾਂ ਕਰ ਲੋਕਾਂ 'ਚੋਂ ਸੁਝਾਅ ਲਏ ਸੀਗੇ, 3 ਕਾਲੇ ਕਾਨੂੰਨਾਂ ਦੀ ਗੱਲ ਸੀਗੀ, 3 ਕਾਲੇ ਕਾਨੂੰਨ ਰੱਦ ਹੋਏ ਹੈ, ਉਹ ਲੜਾਈ ਉੱਥੇ ਤੱਕ ਸੀਮਤ ਹੀ, MSP ਦੀ ਲੜਾਈ ਛੋਟੀ ਨਹੀਂ ਹੈ, ਬਹੁਤ ਵੱਡੀ ਲੜਾਈ ਸੀਗੀ, ਉਹਨਾਂ ਜਾਣੀ ਕਿ ਲੋਕਾਂ ਨੇ ਘਰੇ ਕੰਮ ਵੀ ਕਰਨਾ ਹੁੰਦਾ, ਆਪਣੇ ਬੱਚਿਆਂ ਦੀ ਵੀ ਗੌਰ ਕਰਨੀ ਹੁੰਦੀ, ਬਹੁਤ ਲੰਬਾ ਸੰਘਰਸ਼ ਚੱਲਿਆ ਸੀਗਾ, ਉਹ ਇੱਦੂ ਪਹਿਲਾਂ ਐਡਾ ਲੰਬਾ ਸੰਘਰਸ਼ ਕਦੇ ਚੱਲਿਆ ਨਹੀਂ। ਇਸ ਕਰਕੇ ਕਹਿਣੀਆਂ ਗੱਲਾਂ ਸਕਾਲੀਆਂ ਨੇ ਵੀ ਹੋਰ ਬੈਠੇ ਰਹਿੰਦੇ, ਮਹੀਨਾ ਹੋਰ ਬੈਠੇ ਰਹਿੰਦੇ, ਜਿਹੜੇ ਆਗੂ ਵੀ ਹੁਣ ਕਹਿੰਦੇ ਨੇ ਵੀ ਅਸੀਂ ਨੇ ਕਿਹਾ ਸੀ, ਕਿਸੇ ਨੇ ਨਹੀਂ ਕਿਹਾ ਸੀ, ਸਮਾਂ ਸੀਗਾ, ਘੋਲ ਚੱਲਿਆ, 3 ਕਾਲੇ ਕਾਨੂੰਨ ਵਾਪਸ ਹੋਏ, ਹੁਣ ਫਿਰ ਘੋਲ ਚੱਲ ਰਿਹਾ,
ਇਹ ਘੋਲ ਕੀ ਪਤਾ ਕਿੰਨਾ ਕੁ ਲੰਬਾ ਚੱਲੂਗਾ। ਲੜਾਈ ਬਹੁਤ ਵੱਡੀ ਹੈ, ਐਵੇਂ ਸਰਕਾਰਾਂ ਨਹੀਂ ਚੁੱਕਦੀਆਂ ਹੁੰਦੀਆਂ। ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਵੀ ਉਦੋਂ ਮਹੀਨਾ ਬੈਠੇ ਰਹਿੰਦੇ ਜਾਂ 15 ਦਿਨ, 15 ਦਿਨਾਂ ਵਾਲੀ ਗੱਲ ਨਹੀਂ ਦੀ। MSP ਦੀ ਗੱਲ ਬਹੁਤ ਵੱਡੀ ਹੈ, ਸਰਕਾਰ ਇਹ 'ਤੇ ਮਸਾਂ ਝੁਕੂਗੀ ਜੀ। ਬਿਲਕੁਲ, ਮਨਜੀਤ ਸਿੰਘ ਰਾਜੋ ਦਾ ਕਹਿਣਾ ਕਿ ਜਿੱਥੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਇੱਕ ਪ੍ਰਸਤਾਵ ਦਿੱਤਾ ਗਿਆ ਜਥੇਬੰਦੀਆਂ ਨੂੰ ਕਿ 3 ਫਸਲਾਂ ਦੇ ਉੱਤੇ ਦਾਲ, ਮੱਕੀ ਅਤੇ ਕਪਾਹ ਦੇ ਉੱਤੇ 5 ਸਾਲ ਦੇ ਲਈ MSP ਦੇ ਦਾਂਗੇ, ਪਰ ਉੱਥੇ ਇੱਕ ਰਾਜੋ ਸਾਹਿਬ ਦਾ ਕਹਿਣਾ ਕਿ ਜਲਦਬਾਜ਼ੀ 'ਚ ਕਿਸਾਨ ਜਥੇਬੰਦੀਆਂ ਫੈਸਲਾ ਨਾ ਲੈਣ, ਪਰ ਉੱਥੇ ਹੀ ਨੌਜਵਾਨ ਜੋ ਪੰਜਾਬ ਹਰਿਆਣਾ ਬਾਰਡਰ ਦੀਆਂ ਬਰੂਹਾਂ ਦੇ ਉੱਤੇ ਬੈਠੇ ਨੇ, ਜੋ ਦਿੱਲੀ ਜਾਣ ਦੀ ਜੱਦੋ ਜਹਿਦ ਕਰ ਰਹੇ ਨੇ, ਉਹਨਾਂ ਨੂੰ ਵੀ ਅਪੀਲ ਕੀਤੀ ਆ ਕਿ ਆਪਣੇ ਜੋ ਆਗੂ ਨੇ ਆਗੂਆਂ ਦੇ ਜਾਬਤੇ ਦੇ ਵਿੱਚ ਰਹਿ ਕੇ ਉਹਨਾਂ ਦੀ ਗੱਲ ਮੰਨ ਕੇ ਫਿਰ ਅੱਗੇ ਵਧਣ ਦੀ ਕੋਸ਼ਿਸ਼ ਕਰਨ, ਇਹ ਨਾ ਹੋਵੇ ਕਿ ਉਹਨਾਂ ਨੌਜਵਾਨਾਂ ਦਾ ਵੱਡਾ ਨੁਕਸਾਨ ਹੋ ਜਾਵੇ। ਹਰਜੀਤ, ਕਿਸ ਤਰ੍ਹਾਂ ਵੇਖਦੇ ਹੋ 22 ਤਰੀਕ ਤੱਕ ਟੋਲ ਪਲਾਜ਼ੇ ਅਤੇ ਭਾਜਪਾ ਆਗੂਆਂ ਦੇ ਘਿਰਾਓ ਦਾ ਜੋ ਅਲਟੀਮੇਟਮ ਫਿਰ ਵਧਾ ਦਿੱਤਾ, ਕਿ ਇਸ ਤੋਂ ਬਾਅਦ ਵੀ ਕੋਈ ਨਵੀਂ ਰਣਨੀਤੀ ਅਪਣਾਈ ਜਾ ਸਕਦੀ? ਦੇਖੋ, ਇਹ ਜੇ ਸਰਕਾਰ ਆਪਦੀ ਗੱਲ ਤੋਂ ਪਿੱਛੇ ਨਾ ਮੁੜੀ ਤਾਂ ਇਹ ਰਣਨੀਤੀ ਲਗਾਤਾਰ ਵੱਧ ਸਕਦੀ ਹੈਗੀ। ਸੰਯੁਕਤ ਮੋਰਚਾ ਜਾਂ ਸਾਡੀ ਜਥੇਬੰਦੀ ਇਹ 'ਤੇ ਕੋਈ ਹੋਰ ਫੈਸਲਾ ਲੈ ਸਕਦੀ ਹੈ, ਲੰਮੇ ਸਮੇਂ ਵਾਸਤੇ ਲੈ ਸਕਦੀ ਹੈ। ਪਹਿਲਾਂ ਵੀ ਅਸੀਂ ਪੂਰਾ 1.5 ਸਾਲ ਰੋਕ ਕੇ ਰੱਖੇ ਟੋਲ ਪਲਾਜ਼ੇ, ਇਹ ਸਾਨੂੰ 1.5 ਸਾਲ ਵਾਸਤੇ ਵੀ ਰੋਕਣੇ ਪੈ ਸਕਦੇ ਨੇ। ਜੇ ਇਹਨਾਂ ਨੇ ਐਂ ਬਣਾਇਆ ਬਹਾਨਾ ਵੀ ਚੋਣ ਜ਼ਾਬਤਾ ਲੱਗ ਗਿਆ ਜੀ, ਚੋਣ ਜ਼ਾਬਤੇ ਤੋਂ ਬਾਅਦ ਹੁਣ ਅਸੀਂ ਕਰੀਏ, ਫਿਰ ਚੋਣ ਜ਼ਾਬਤਾ ਲੱਗ ਗਿਆ ਜੇ ਤੁਸੀਂ ਨਹੀਂ ਕੁਛ ਕਰ ਸਕਦੇ, ਫਿਰ ਟੋਲ ਪਲਾਜ਼ੇ 'ਤੇ ਤੁਹਾਡੇ ਘਰ ਅਸੀਂ ਵੀ ਨਹੀਂ ਛੱਡਦੇ ਅਤੇ ਤੁਹਾਨੂੰ ਪਿੰਡਾਂ 'ਚ ਅਸੀਂ ਵੀ ਨਹੀਂ ਵੜਨ ਦਿੰਦੇ। ਇਸ ਕਰਕੇ ਭੁਲੇਖੇ 'ਚ ਨਾ ਰਹੇ ਸਰਕਾਰ, ਇਹ ਜਿਹੜਾ ਸੰਯੁਕਤ ਮੋਰਚਾ ਹੈਗਾ ਇਹ ਐਂ ਨਾ ਸਮਝੇ ਵੀ ਉਹ ਇਕੱਲੇ ਕਿਸਾਨ ਨੇ, ਉਹਨਾਂ ਦੇ ਕਿਸਾਨਾਂ ਦੇ ਡਾਂਗਾ ਮਾਰ ਕੇ ਵਾਪਸ ਮੋੜ ਦਿਆਂਗੇ। ਕਿਸਾਨ ਸਾਰੇ ਇਕੱਠੇ ਨੇ, ਸਾਡੀ ਇੱਕ ਮੰਗ ਹੈ, ਸੰਯੁਕਤ ਮੋਰਚੇ ਦੀ ਮੰਗ ਹੈ ਇਹ, ਜਿਹੜੀ ਫਸਲਾਂ 'ਤੇ ਸਾਰੀਆਂ 'ਤੇ MSP ਕਰੇ ਸਰਕਾਰ ਲਾਗੂ, ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰੇ ਸਰਕਾਰ, ਅਤੇ ਜਿਹੜਾ ਲਖੀਮਪੁਰੀ ਦੇ ਕਾਤਲ ਨੇਗੇ ਉਹਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਬੰਦ ਕਰੇ, ਜਿਹੜੇ ਉਹ ਗੱਦੀਆਂ ਦੇ ਬਰਾਜਮਾਨ ਕੀਤੇ ਹੋਏ ਨੇ। ਇਸ ਕਰਕੇ ਸਾਡੀਆਂ ਮੰਗਾਂ ਸਾਰੀਆਂ ਸੈਂਟਰ ਦੇ ਨਾਲ ਖੜੀਆਂ ਨੇ, ਉਹਨਾਂ ਗੱਲਾਂ 'ਤੇ ਸੰਯੁਕਤ ਮੋਰਚਾ ਸਟੈਂਡ ਕਰਦੇਗਾ। ਜੇ ਸਰਕਾਰ ਨੇ ਇਹ ਭੁਲੇਖਾ ਪਾਊ ਇਹ 'ਚ ਰਹੀ, ਸਰਕਾਰਾਂ ਨੂੰ ਭੁਲੇਖੇ ਹੁੰਦੇ ਨੇ, ਇਹ ਕੁਰਸੀ ਵਾਲੇ ਯਾਰਾਂ ਨੂੰ ਭੁਲੇਖੇ ਹੁੰਦੇ ਨੇ ਵੀ ਨਹੀਂ ਪੈਂਤੜਾ ਬਦਲ ਲਓ ਜੀ, ਆਹ 2-4 ਦਿਨ ਮੀਟਿੰਗਾਂ ਨਾਲ ਲਗਾ ਦਿਓ, ਉਦੋਂ ਬਾਅਦ ਚੋਣ ਜ਼ਾਬਤਾ ਲੱਗ ਜੂ, ਚੋਣ ਜ਼ਾਬਤਾ ਲੱਗ ਗਿਆ ਜੀ ਹੁਣ ਅਸੀਂ ਕਰ ਸਕਦੇ ਹਾਂ। ਇਸ ਕਰਕੇ ਜੇ ਤੁਹਾਡਾ ਚੋਣ ਜ਼ਾਬਤਾ ਲੱਗ ਗਿਆ ਇੱਧਰੋਂ ਅਸੀਂ ਵੀ ਆਪਦੇ ਵਾਲਾ ਚੋਣ ਜ਼ਾਬਤਾ ਲਾਉਣ ਜਾਣ ਦਿਆਂਗੇ। ਜੇ ਸਾਡਾ ਕਿਸਾਨਾਂ ਦਾ ਚੋਣ ਜ਼ਾਬਤਾ ਲੱਗ ਗਿਆ ਫਿਰ ਸਰਕਾਰ ਨੂੰ ਇਹਦੀ ਮਾੜੀ ਖਿਮਿਆਜ਼ਾ ਭੁਗਤਣਾ ਪਊਗਾ। ਇਸ ਕਰਕੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਅਤੇ ਪੰਜਾਬ ਦੀ ਸਰਕਾਰ ਜਿਹੜੀ BJP ਦੇ ਨਾਲ ਰਲੀ ਹੋਈ ਹੈ, ਸੈਂਟਰ ਦੀ ਸਰਕਾਰ ਦੇ ਨਾਲ ਰਲ ਕੇ ਇੱਥੇ ਪੰਜਾਬ ਦੇ ਵਿੱਚ ਨੈੱਟ ਬੰਦ ਕਰਕੇ ਅਤੇ ਥਾਂ ਥਾਂ ਦੇ ਉੱਤੇ ਨਾਕੇ ਲਾ ਕੇ ਗੱਡੀਆਂ ਘੇਰ ਕੇ ਨੋਟ ਕੀਤੇ ਜਾਂਦੇ ਨੇ ਨੰਬਰ, ਡਰਾਈਵਰਾਂ ਦੇ ਨੰਬਰ ਕਿੰਨੀ ਗਿਣਤੀ ਜਾ ਰਹੀ ਹੈ, ਇਹ ਗੱਲ ਪੰਜਾਬ ਸਰਕਾਰ ਬੰਦ ਕਰੇ। ਪੰਜਾਬ ਸਰਕਾਰ ਪੂਰੀ BJP ਦੀ ਪਿੱਠ 'ਤੇ ਖੜੀ ਹੈ, ਇਸ ਕਰਕੇ ਸਰਕਾਰ ਨੂੰ ਇਸ ਗੱਲ ਦੀ ਝਾਤੀ ਮਾਰਨੀ ਚਾਹੀਦੀ ਹੈ। ਜੇ ਪੰਜਾਬ ਸਰਕਾਰ ਇਸ ਗੱਲ ਤੋਂ ਆਵਾਜ਼ ਨਾ ਆਈ ਤਾਂ ਇਹਨਾਂ ਦੇ ਮੁੱਖ ਮੰਤਰੀ ਦਾ ਜਾਂ ਮੰਤਰੀਆਂ ਦਾ ਵੀ ਘਿਰਾਓ ਕਰਾਂਗੇ, ਪਿੰਡਾਂ 'ਚ ਨਹੀਂ ਵੜਨ ਦਿੰਦੇ। ਆਹ ਵੋਟਾਂ ਆ ਗਈਆਂ ਹੁਣ ਇਲੈਕਸ਼ਨ ਨੇ ਲੋਕ ਸਭਾ ਦੀਆਂ, ਇਸ ਕਰਕੇ ਸਰਕਾਰ ਭੁਲੇਖਾ ਨਾ ਪਾਲੇ ਇਸ ਗੱਲ ਦਾ ਵੀ ਅਸੀਂ ਐਂ ਲੋਕਾਂ ਦੇ ਡਾਂਗਾ ਮਾਰ ਕੇ ਅਤੇ ਲੋਕਾਂ ਦੇ ਤਸ਼ੱਦਦ ਕਰਕੇ ਇਹ ਮੋਰਚੇ ਨੂੰ ਅਸੀਂ ਖੇਰੂ ਖੇਰੂ ਕਰ ਦਿਆਂਗੇ। ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ। ਅਤੇ ਜਿਹੜੇ ਬਾਰਡਰਾਂ ਦੇ ਬੈਠੇ ਸਾਡੇ ਨੌਜਵਾਨ ਨੇ, ਅਸੀਂ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਾਂਗੇ ਅਤੇ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਭਰਾਵੋ ਜਾਬਤੇ ਦੇ ਵਿੱਚ ਰਹੋ, ਡਿਸੈਪਲਨ 'ਚ ਰਹੋ, ਜਾਬਤੇ ਨਾਲ ਹੀ ਫੌਜਾਂ ਜਿੱਤਦੀਆਂ ਨੇਗੀਆਂ। ਜੇ ਤੁਸੀਂ ਭਰਾਵੋ ਜਾਬਤੇ ਤੋਂ ਬਾਹਰ ਚਲੇ ਗਏ ਨਾ ਫਿਰ ਫੌਜਾਂ ਨਹੀਂ ਜਿੱਤਦੀਆਂ ਹੁੰਦੀਆਂ, ਕਿਉਂਕਿ ਜਦੋਂ ਇੱਕ ਫੌਜੀ ਕਮਾਂਡਰ ਜਦੋਂ ਲੜਾਈ ਲੜਾਉਂਦਾ ਕਿਸੇ ਦੇਸ਼ ਦੇ ਖਿਲਾਫ ਤਾਂ ਉਹ ਐਲਾਨ ਕਰਦਾ ਵਾਕਿਆ ਵੀ ਇੱਧਰਲੇ ਪਾਸੋਂ ਦੁਸ਼ਮਣ ਆ ਗਿਆ, ਇੱਧਰ ਫਾਇਰ ਕਰੋ, ਇੱਧਰ ਤੋਪਾਂ ਵੀੜ ਦਿਓ, ਇੱਧਰਲੇ ਪਾਸੇ ਟੈਂਕ ਵਧਾਉਣੇ ਨੇ ਆਪਾਂ। ਜੇ ਉਹ ਮਤਲਬ ਉਹਨੂੰ ਐਂ ਲੱਗਦਾ ਵੀ ਇੱਧਰੋਂ ਖਤਰਾ, ਫਿਰ ਉਹ ਉਸ ਪਾਸੇ ਉਹ ਉਹਨਾਂ ਦਾ ਹਥਿਆਰਾਂ ਦਾ ਮੂੰਹ ਕਰਾਉਂਦਾ। ਇਸ ਕਰਕੇ ਸਾਡੇ ਕੋਲ ਜਿਹੜਾ ਜਾਬਤਾ ਨਾ ਸਿਰਫ ਜਾਬਤਾ ਹੀ ਹੈ, ਸਾਡੇ ਕੋਲ ਹਥਿਆਰਾਂ ਹਥਿਆਰ ਨਹੀਂ ਹੈਗੇ, ਅਸੀਂ ਹਥਿਆਰਬੰਦ ਲੜਾਈ ਨਹੀਂ ਲੜਦੇ, ਅਸੀਂ ਆਪਦੇ ਹੱਕਾਂ ਦੀ ਲੜਾਈ ਲੜਦੇ ਹਾਂ।
ਆ, ਅਸੀਂ ਸਰਕਾਰ ਤੋਂ ਆਪਦੇ ਹੱਕ ਮੰਗ ਦਿਆਂਗੇ। ਇਸ ਕਰਕੇ ਉਹਨਾਂ ਸਾਥੀਆਂ ਨੂੰ ਕਹਿੰਦੇ ਆ ਵੀ ਸਾਡਾ ਜਾਬਤਾ ਹੀ ਹਥਿਆਰ ਹੈ, ਸਾਡਾ ਜਾਬਤਾ ਹੀ ਸਾਰਾ ਕੁਛ ਹੈਗਾ। ਇਸ ਕਰਕੇ ਜਾਬਤੇ ਨਾਲ ਲੜਿਓ ਸਾਥੀਓ, ਇਹ ਲੜਾਈ ਜੇ ਤੁਸੀਂ ਜਾਬਤੇ 'ਚੋਂ ਬਾਹਰ ਹੋ ਗਏ ਤਾਂ ਭਰਾਵੋ ਇਹ ਲੜਾਈ ਕਿਸੇ ਪਾਸੇ ਹੋਰ ਵਗ ਜੂ। ਸਰਕਾਰ ਪੰਜਾਬ ਨੂੰ ਉਗਰਵਾਦੀ ਸਾਬਤ ਕਰਨਾ ਚਾਹੁੰਦੀ ਹੈ। ਪੰਜਾਬ ਦੇ ਲੋਕ ਉਗਰਵਾਦੀ ਨਹੀਂ, ਪਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਉਗਰਵਾਦੀ ਬਣਾਉਣਾ ਚਾਹੁੰਦੀ ਹੈ। ਇਸ ਕਰਕੇ ਸਾਰੇ ਨੌਜਵਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਅਪੀਲ ਕਰਦੇ ਤੁਹਾਡੇ ਮੀਡੀਆ ਰਾਹੀਂ ਵੀ ਭਰਾਵੋ ਠੀਕ ਆ, ਤੁਸੀਂ ਸਾਨੂੰ ਗਾਲਾਂ ਕੱਢਦੇ ਹੋ, ਕੋਈ ਗੱਲ ਨਹੀਂ, ਤੁਹਾਡੀਆਂ ਗਾਲਾਂ ਸਿਰ ਮੱਥੇ ਮੰਨਦੇ ਹਾਂ ਅਸੀਂ। ਅਸੀਂ ਆਪਦੀ ਲੜਾਈ ਵੀ ਲੜ ਰਹੇ ਹਾਂ, ਉਹ ਸਾਨੂੰ ਕਹਿੰਦੇ ਨੇ ਵੀ ਤੁਸੀਂ ਮੈਦਾਨ 'ਚ ਨਹੀਂ ਆਏ ਯਾਰ। ਅਸੀਂ ਤਾਂ 6 ਤਰੀਕ ਤੋਂ ਲੈ ਕੇ ਅੱਜ 19 ਤਰੀਕ ਹੋ ਗਈ, ਅਸੀਂ ਆਪਦੇ ਘਰੇ ਨਹੀਂ ਪੜੇ, ਇੱਕ ਦਿਨ ਵੀ ਸਾਡੇ ਘਰੇ ਨਹੀਂ। 5 ਦਿਨ ਡੀ ਸੀ ਦਫ਼ਤਰ ਘੇਰ ਕੇ ਰੱਖਿਆ, ਉਦੋਂ ਬਾਅਦ 'ਚ ਡੀ ਸੀ ਦਫ਼ਤਰ ਤੋਂ ਬਾਅਦ 'ਚ ਰੇਲਾਂ ਬੰਦ ਕਰਤੀਆਂ, ਭਾਰਤ ਬੰਦ ਕਰਤਾ, ਉਦੋਂ ਬਾਅਦ 'ਚ ਲਗਾਤਾਰ ਟੋਲ ਪਲਾਜ਼ੇ ਬੰਦ ਕਰਤੇ, ਕੈਪਟਨ ਅਮਰਿੰਦਰ ਦੀ ਕੋਠੀ ਮੂਹਰੇ ਬੈਠਿਆ। ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾਲ ਸਰਕਾਰ ਠੀਕ ਆਈ ਤਾਂ ਇਹਨਾਂ ਦਾ ਜਿਹੜਾ ਖੰਨਾ ਬੈਠਾ ਇੱਥੇ ਸੰਗਰੂਰ ਦੇ ਵਿੱਚ, ਉਹਦੀ ਕੋਠੀ ਵੀ ਘੇਰਾਂਗੇ। ਹੋਰ ਨਾਲ ਛੋਟੇ ਜਿਹੜੇ ਛੋਟੇ ਅਧਿਕਾਰੀ ਨੇ, ਛੋਟੇ ਮਤਲਬ ਅਹੁਦੇਦਾਰ ਨੇ ਜ਼ਿਲ੍ਹਾ ਪੱਧਰ ਦੇ, ਉਹਨਾਂ ਦਾ ਵੀ ਘਿਰਾਓ ਕਰਾਂਗੇ, ਅਤੇ ਜਦੋਂ ਪਿੰਡਾਂ ਦੇ ਵਿੱਚ ਨਿਕਲਣਗੇ ਪਿੰਡਾਂ 'ਚ ਵੀ ਵੜ ਦੇਵਾਂਗੇ। ਇਸ ਕਰਕੇ ਸਾਥੀਓ, ਜਾਬਤੇ ਨਾਲ ਲੜਿਓ, ਇਕੱਠੇ ਹੋ ਕੇ ਲੜਿਓ, ਲੜਾਈ ਜਿੱਤਾਂਗੇ। ਜੀ ਬਿਲਕੁਲ, ਕਿਸਾਨਾਂ ਅੱਗੋਂ ਦਾ ਕਹਿਣਾ ਕਿ ਜਾਬਤੇ 'ਚ ਰਹਿ ਕੇ ਲੜਾਈ ਜਿੱਤੀ ਜਾ ਸਕਦੀ ਆ। ਨੌਜਵਾਨਾਂ ਵਰਗ ਨੂੰ ਵੀ ਅਪੀਲ ਕੀਤੀ ਆ ਕਿ ਸ਼ਾਂਤੀ ਬਣਾ ਕੇ ਰੱਖੋ, ਜੋ ਉਹਨਾਂ ਦੇ ਆਗੂ ਆਦੇਸ਼ ਦਿੰਦੇ ਨੇ ਉਸੇ ਮੁਤਾਬਕ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਵੇ ਉੱਥੇ ਹੀ। ਪਰ ਜਿੱਥੇ ਇਹਨਾਂ ਨੇ ਕੇਂਦਰ ਸਰਕਾਰ ਨੂੰ ਅੜੇ ਹੱਥੀ ਲੈਤਾ, ਉੱਥੇ ਹੀ ਪੰਜਾਬ ਸਰਕਾਰ ਨੂੰ ਵੀ ਅੜੇ ਹੱਥੀ ਲੈਂਦੇ ਹੋਏ ਕਿਹਾ ਕਿ ਇਹ ਨਾ ਭੁੱਲੋ ਕਿ ਪੰਜਾਬ ਸਰਕਾਰ ਜੇਕਰ ਕੇਂਦਰ ਸਰਕਾਰ ਨਾਲ ਨਹੀਂ ਹੈਗੀ ਤਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਇੰਟਰਨੈੱਟ ਬੰਦ ਹੋ ਸਕਦੇ ਨੇ, ਕਿਸ ਤਰ੍ਹਾਂ ਜੋ ਨੌਜਵਾਨਾਂ ਦੇ ਉੱਤੇ ਤਸ਼ੱਦਦ ਢਾਏ ਜਾ ਰਹੇ ਨੇ, ਕਿਸ ਤਰ੍ਹਾਂ ਹੋ ਸਕਦੇ ਨੇ। ਪਰ ਉੱਥੇ ਹੀ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜੋ ਹੋਰ ਆਗੂ ਰਹਿੰਦੇ ਨੇ, ਚਾਹੇ ਉਹ ਜ਼ਿਲ੍ਹਾ ਪੱਧਰ ਦੇ ਆਗੂ ਨੇ, ਉਹਨਾਂ ਦੇ ਘਰਾਂ ਦਾ ਵੀ ਘਿਰਾਓ ਕੀਤਾ ਜਾਊਗਾ। ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ, ਓਲੰਪਿਕ ਇੰਡੀਆ, ਸੰਗਰੂਰ।